ਹਰਜਿੰਦਰ ਡੈਰੀ ਫਾਰਮ ਹੋਸਟਲ ਫ੍ਰੀਜ਼ੀਅਨ ਨਸਲ ਦੀਆਂ ਉੱਚ ਉਤਪਾਦਨ ਵਾਲੀਆਂ ਗਊਆਂ ਦਾ ਇੱਕ ਬਿਹਤਰੀਨ ਫਾਰਮ। ਇਹ ਫਾਰਮ ਸਥਿਤ ਹੈ ਜ਼ਿਲ੍ਹਾ ਜਲੰਧਰ ਦੇ ਪਿੰਡ ਨੰਦਨਪੁਰ ਵਿਖੇ, ਜੋ 4 ਕਿਲੋਮੀਟਰ ਦੂਰ ਹੈ ਸਬਜ਼ੀ ਮੰਡੀ ਤੋਂ। ਇਸ ਨੂੰ ਚਲਾ ਰਹੇ ਹਨ ਕਿਰਸਾਨੀ ਪਰਿਵਾਰ ਨਾਲ ਸੰਬੰਧ ਰੱਖਦੇ ਸਰਦਾਰ ਹਰਜਿੰਦਰ ਸਿੰਘ ਔਲਖ। ਆਓ ਜਾਣਦੇ ਹਾਂ ਇਸ ਫਾਰਮ ਦੀ ਖਾਸੀਅਤ ਬਾਰੇ। ਫਾਰਮ ਦੇ ਅੰਦਰ ਵੜਦਿਆਂ ਹੀ ਤੰਦਰੁਸਤ ਤੇ ਖੂਬਸੂਰਤ ਗਊਆਂ, ਉੱਚੇ ਸ਼ੈੱਡ ਤੇ ਖੁੱਲ੍ਹੇ ਵਾੜੇ ਇੱਕ ਸ਼ਾਨਦਾਰ ਨਜ਼ਾਰਾ ਪੇਸ਼ ਕਰਦੇ ਹਨ। ਇਸ ਫਾਰਮ 'ਤੇ 30 ਤੋਂ 35 ਕਿਲੋ ਦੁੱਧ ਦੇਣ ਵਾਲੀ ਗਊਆਂ ਦੀ ਭਰਮਾਰ ਹੈ, ਜਦੋਂ ਕਿ ਰਿਕਾਰਡ 50 ਕਿਲੋ ਤੋਂ ਵੱਧਦਾ ਹੈ। 40 ਕਿਲੋ ਤੋਂ ਵੱਧ ਦੁੱਧ ਦੇਣ ਵਾਲੀਆਂ ਗਊਆਂ ਦਾ ਰਿਕਾਰਡ ਸਰਕਾਰੀ ਖਾਤੇ ਵਿੱਚ ਦਰਜ ਹੈ। ਇੱਕ ਖਾਸ ਗੱਲ ਜੋ ਇਸ ਫਾਰਮ ਨੂੰ ਦੂਜੇ ਫਾਰਮਾਂ ਤੋਂ ਵੱਖ ਕਰਦੀ ਹੈ ਉਹ ਹੈ ਕਿ ਇਸ ਫਾਰਮ ਦੀ ਇੱਕ ਵੀ ਗਊ ਬਾਹਰੋਂ ਖਰੀਦੀ ਹੋਈ ਨਹੀਂ, ਸਾਰੀਆਂ ਘਰ ਦੀਆਂ ਵੱਛੀਆਂ ਪਾਲ ਕੇ ਤਿਆਰ ਕੀਤੀਆਂ ਗਊਆਂ ਹਨ। ਵੱਛੀਆਂ ਪਾਲਣ ਦਾ ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਇਹਨਾਂ ਦੀਆਂ ਵੱਛੀਆਂ ਔਸਤਨ 2 ਸਾਲ ਦੀ ਉਮਰ ਵਿੱਚ ਪਹਿਲਾ ਸੂਆ ਦੇ ਜਾਂਦੀਆਂ ਹਨ। ਪਸ਼ੂ ਖਰੀਦਣਾ ਤਾਂ ਦੂਰ ਦੀ ਗੱਲ, ਇਹਨਾਂ ਨੂੰ ਹਰ ਸਾਲ ਆਪਣੀਆਂ ਵਾਧੂ ਗਊਆਂ ਵੇਚਣੀਆਂ ਪੈਂਦੀਆਂ ਹਨ। ਆਉਣ ਵਾਲੀ ਨਸਲ ਪਹਿਲੇ ਨਾਲੋਂ ਜ਼ਿਆਦਾ ਚੰਗੀ ਹੋਵੇ, ਨਸਲ ਕਸ਼ੀ ਲਈ ਚੰਗੀ ਵੰਸ਼ਕੀ ਤੇ ਉੱਚ ਉਤਪਾਦਨ ਵਾਲੇ ਸਾਨਾਂ ਦੇ ਵੀਰਜ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਫਾਰਮ 'ਤੇ ਸੈਮੀਲੂ ਸਿਸਟਮ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਵਿੱਚ ਪੱਠੇ ਦੇ ਚੁਆਈ ਬੰਨ੍ਹ ਕੇ ਅਤੇ ਬਾਕੀ ਸਮਾਂ ਪਸ਼ੂ ਖੁੱਲ੍ਹੇ ਰੱਖੇ ਜਾਂਦੇ ਹਨ। ਸਾਰਾ ਸਾਲ ਹਰੇ ਚਾਰੇ ਦੀ ਇੱਕ ਸਾਰਤਾ ਬਣਾ ਕੇ ਰੱਖਣਾ ਇਸ ਫਾਰਮ ਦੀ ਵਿਸ਼ੇਸ਼ਤਾ ਹੈ। ਕਿਸੇ ਵੀ ਮੌਸਮ ਵਿੱਚ ਚਾਰੇ ਦੀ ਕਮੀ ਨਾ ਆਵੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਭਰਪੂਰ ਮਾਤਰਾ ਵਿੱਚ ਪੱਠਿਆਂ ਦਾ ਅਚਾਰ ਭਾਵ ਸਾਈਲੇਜ ਬਣਾਇਆ ਜਾਂਦਾ ਹੈ। ਇਸ ਨਾਲ ਕਦੇ ਵੀ ਚਾਰੇ ਦੀ ਕਮੀ ਨਹੀਂ ਆਉਂਦੀ। ਵਾੜਿਆਂ ਵਿੱਚ ਹਰ ਸਮੇਂ ਤਾਜ਼ੇ ਅਤੇ ਸਾਫ਼ ਪਾਣੀ ਦੀ ਉਪਲਬਧਤਾ ਰਹਿੰਦੀ ਹੈ, ਜੋ ਪਸ਼ੂ ਨੂੰ ਤੰਦਰੁਸਤ ਰੱਖਣ ਦੇ ਨਾਲ ਨਾਲ ਚੰਗੀ ਪੈਦਾਵਾਰ ਲਈ ਵੀ ਸਹਾਈ ਹੈ। ਇਸ ਫਾਰਮ 'ਤੇ ਫੀਡ ਆਪਣੀ ਤਿਆਰ ਕੀਤੀ ਜਾਂਦੀ ਹੈ, ਜੋ ਖੁਰਾਕੀ ਗੁਣਵੱਤਾ ਨੂੰ ਯਕੀਨੀ ਬਣਾਉਂਦੀ ਹੈ। ਗਰਮੀ ਤੋਂ ਬਚਾਉਣ ਲਈ ਇਸ ਫਾਰਮ 'ਤੇ ਪੱਖਿਆਂ ਅਤੇ ਫੋਗਰ ਦਾ ਪ੍ਰਬੰਧ ਹੈ, ਜੋ ਗਰਮੀਆਂ ਵਿੱਚ ਵੀ ਦੁੱਧ ਦੀ ਪੈਦਾਵਾਰ ਵਿੱਚ
ज्यादा कमी नहीं आन दिंदा। साफ सुथरी मशीनी चुआई ते साफ सफाई वधिया क्वालिटी दा दुध पैदा करती है। समय अनुसार वैक्सीनेशन दा काम किया जाता है जो पशुओं नूं छूत दीआं बीमारियां तों बचाउंदा है। परिवारक मैंबरां दा सहयोग काम दे प्रबंध नूं आसान बनाउंदा है। इस फार्म दी पैदावार सीधी ग्राहकां तक पहुंचाई जांदी है जो फार्म दे मुनाफे नूं वधाउंदी है। चंगे ढंग नाल काम दा देखा जोखा रखना जान है इस काम दी। हुण इन्हां मिल्क प्रोसैसिंग प्लांट शुरू कीता है जो लगता है कि आउण वाले समय विच एक चंगा उपराला साबित होवेगा। इन्हां दे ब्रांड का नाम है अल्फा वाइट। सन 1990 तो चलता आ रहा ये फार्म प्रेरणा स्रोत है पुराने ते नवे पशु पालकां दा।